पाठ नंबर 14 दस्तकारी ਅਤੇ ਉਦਯੋਗ ਦੇ ਜੋ ਕੁਐਸਚਨ ਆਨਸਰ ਆਏ ਹਨ ਅਸੀਂ ਉਹ ਕਰਾਂਗੇ। ਕਿਸ ਦੇਸ਼ ਦੀ ਕਾਫੀ ਨਾਲ ਮੁਕਾਬਲਾ ਹੋਣ ਕਾਰਨ ਭਾਰਤ ਦੀ ਕਾਫੀ ਦੀ ਮੰਗ ਅੰਤਰਰਾਸ਼ਟਰੀ ਪੱਧਰ ਤੇ ਘਟ ਗਈ? ਬ੍ਰਾਜ਼ੀਲ। ਬ੍ਰਾਜ਼ੀਲ ਦੀ ਕਾਫੀ ਬਹੁਤ ਪ੍ਰਸਿੱਧ ਕਾਫੀ ਹੋ ਗਈ ਸੀ, ਇਸ ਕਰਕੇ ਜੋ ਭਾਰਤ ਵਿੱਚ ਕਾਫੀ ਦੀ ਪੈਦਾਵਾਰ ਹੁੰਦੀ ਸੀ ਉਹ ਬ੍ਰਾਜ਼ੀਲ ਦੀ ਕਾਫੀ ਦੇ ਮੁਕਾਬਲੇ ਵਧੀਆ ਨਹੀਂ ਸੀ, ਤਾਂ ਕਰਕੇ ਭਾਰਤੀ ਕਾਫੀ ਦੀ ਮੰਗ ਵਾਰ ਘਟ ਗਈ। ਭਾਰਤ ਵਿੱਚ ਚੁਲਾਹਿਆਂ ਨੇ ਕੱਪੜਾ ਬਣਾਉਣ ਲਈ ਸਭ ਤੋਂ ਪਹਿਲਾਂ ਕਿਸ ਦੇ ਰੇਸ਼ੇ ਦੀ ਵਰਤੋਂ ਕੀਤੀ ਸੀ? ਘਾਹ ਦੇ ਰੇਸ਼ੇ ਦੀ। ਸਭ ਤੋਂ ਪਹਿਲਾਂ ਚੁਲਾਹਿਆਂ ਨੇ ਘਾਹ ਦੇ ਰੇਸ਼ੇ ਦੀ ਵਰਤੋਂ ਕੀਤੀ ਸੀ। ਭਾਰਤ ਦੇ ਕਿਸ ਸਥਾਨ ਤੋਂ ਇਹ ਪ੍ਰਮਾਣ ਮਿਲੇ ਹਨ ਕਿ ਸਿੰਧ ਘਾਟੀ ਦੇ ਲੋਕਾਂ ਨੂੰ ਕੱਪੜਾ ਬੁਣਨ ਦੀ ਜਾਣਕਾਰੀ ਸੀ? ਮੋਹਜਦਾਰੋ ਅਤੇ ਹੜੱਪਾ, ਇਹ ਦੋਨੇ ਹੀ ਸਥਾਨ ਸਿੰਧ ਘਾਟੀ ਸੱਭਿਅਤਾ ਨਾਲ ਸੰਬੰਧਿਤ ਹਨ ਅਤੇ ਸਭ ਤੋਂ ਪਹਿਲਾਂ ਹੜੱਪਾ ਦੀ ਖੁਦਾਈ ਹੋਈ ਸੀ ਅਤੇ ਉਸ ਤੋਂ ਬਾਅਦ ਮੋਹਜਦਾਰੋ ਸੀ। ਤਾਂ ਇਹ ਦੋ ਸਥਾਨ ਨੇ ਹੜੱਪਾ ਅਤੇ ਮੋਹਜਦਾਰੋ ਜਿੱਥੋਂ ਇਹ ਪ੍ਰਮਾਣ ਮਿਲੇ ਹਨ। ਇਸ ਤੋਂ ਅੱਗੇ ਆਧੁਨਿਕ ਉਦਯੋਗਾਂ ਦੀ ਪ੍ਰਗਤੀ ਤੋਂ ਬਾਅਦ ਦੋ ਨਵੀਆਂ ਜਮਾਤਾਂ ਹੋਂਦ ਵਿੱਚ ਆਈਆਂ, ਕੀ ਤੁਸੀਂ ਦੱਸ ਸਕਦੇ ਹੋ ਉਹ ਕਿਹੜੀਆਂ ਜਮਾਤਾਂ ਸਨ? ਮਜ਼ਦੂਰ ਅਤੇ ਪੂੰਜੀਵਾਦ। ਦੋ ਨਵੀਆਂ ਸ਼੍ਰੇਣੀਆਂ ਬਣੀਆਂ ਸਨ, ਮਜ਼ਦੂਰ ਅਤੇ ਪੂੰਜੀਵਾਦ। ਸੁਰਿੰਦਰ ਦੇ ਪਿਤਾ ਜੀ ਰੇਲ ਗੱਡੀ ਚਲਾਉਂਦੇ ਹਨ। ਰੇਲ ਗੱਡੀ ਦੇ ਬਾਰੇ ਉਹਨਾਂ ਨੇ ਦੱਸਿਆ ਕਿ ਇਹ ਕੋਲੇ ਨਾਲ ਚੱਲਦੀ ਹੈ। ਕੀ ਤੁਸੀਂ ਦੱਸ ਸਕਦੇ ਹੋ ਭਾਰਤ ਵਿੱਚ ਸਭ ਤੋਂ ਪਹਿਲਾਂ ਕੋਲੇ ਦੀ ਖਾਣ ਕਿੱਥੇ ਖੋਦੀ ਗਈ ਸੀ? ਰਾਣੀਗੰਜ। ਰਾਣੀਗੰਜ ਪੱਛਮੀ ਬੰਗਾਲ ਦੇ ਵਿੱਚ ਹੈ, ਵੈਸਟ ਬੰਗਾਲ ਦੇ ਵਿੱਚ। ਤਾਂ ਰਾਣੀਗੰਜ ਦੇ ਵਿੱਚ ਪਹਿਲੀ ਕੋਲੇ ਦੀ ਖਾਣ ਖੋਦੀ ਗਈ ਸੀ। ਨਵੀਆਂ ਫੈਕਟਰੀਆਂ ਕੋਲੇ ਨਾਲ ਚੱਲਦੀਆਂ ਸਨ। ਮਸ਼ੀਨਾਂ ਨਾਲ ਬਣੀਆਂ ਵਸਤਾਂ ਕੀ ਹੁੰਦੀਆਂ ਸਨ? ਉਹ ਹੁੰਦੀਆਂ ਸੀਗੀਆਂ ਵਧੀਆ ਮਸ਼ੀਨਾਂ ਨਾਲ ਬਣੀਆਂ ਵਸਤਾਂ ਵਧੀਆ ਹੁੰਦੀਆਂ ਸਨ। ਵਧੀਆ ਸਸਤੀਆਂ ਵੀ ਲਿਖ ਸਕਦੇ ਹੋ, ਸਸਤੀਆਂ ਹੁੰਦੀਆਂ ਸਨ, ਵਧੀਆ ਹੁੰਦੀਆਂ ਸਨ। ਤੁਸੀਂ ਵਧੀਆ ਵੀ ਭਰ ਸਕਦੇ ਹੋ, ਸਸਤੀਆਂ ਵੀ ਭਰ ਸਕਦੇ। ਵਧੀਆ ਵੀ ਸੀਗੀਆਂ ਉਹ, ਸਸਤੀਆਂ ਵੀ ਸੀਗੀਆਂ। ਇਸ ਤੋਂ ਅੱਗੇ ਨਵੀਂ ਪੀੜ੍ਹੀ ਤੋਂ ਬਹੁਤ ਪ੍ਰਭਾਵਿਤ ਹੋਈ, ਕਿਸ ਤੋਂ ਪ੍ਰਭਾਵਿਤ ਹੋਈ ਸੀਗੀ? ਪੱਛਮੀ ਸੱਭਿਆਚਾਰ। ਪੱਛਮੀ ਸੱਭਿਆਚਾਰ ਤੋਂ ਬਹੁਤ ਪ੍ਰਭਾਵਿਤ ਹੋਏ ਸੀ, ਤਾਂ ਉਹਨਾਂ ਨੇ ਭਾਰਤੀ ਲਘੂ ਉਦਯੋਗਾਂ ਤੋਂ ਬਣੇ ਮਾਲ ਨੂੰ ਛੱਡ ਕੇ ਇੰਗਲੈਂਡ ਦੀਆਂ ਬਣੀਆਂ ਮਸ਼ੀਨਾਂ ਦੇ ਮਾਲ ਨੂੰ ਪਸੰਦ ਕੀਤਾ ਸੀ। ਉਹਨਾਂ ਦੇ ਉੱਤੇ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਬਹੁਤ ਜ਼ਿਆਦਾ ਪਿਆ ਸੀ। ਚੌਥਾ, ਪੂੰਜੀਵਾਦੀਆਂ ਨੇ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ, ਕਿਸ ਦਾ? ਮਜ਼ਦੂਰਾਂ। ਪੂੰਜੀਵਾਦੀਆਂ ਨੇ ਮਜ਼ਦੂਰਾਂ ਦਾ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ। ਪੂੰਜੀਵਾਦੀਆਂ ਨੇ ਮਜ਼ਦੂਰਾਂ ਦਾ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ।
ਭਾਰਤ ਦਾ ਕੱਚਾ ਮਾਲ ਕਿੱਥੇ ਜਾਣ ਲੱਗ ਗਿਆ ਸੀਗਾ? ਅਸੀਂ ਗੁਲਾਮ ਰਹੇ ਹਾਂ ਇੰਗਲੈਂਡ ਦੇ, ਤਾਂ ਭਾਰਤ ਦਾ ਕੱਚਾ ਮਾਲ ਇੰਗਲੈਂਡ, ਭਾਰਤ ਦਾ ਕੱਚਾ ਮਾਲ ਇੰਗਲੈਂਡ। ਈੜੀ ਨੂੰ ਸਿਹਾਰੀ ਉੱਤੇ ਟਿੱਪੀ ਗੱਗਾ ਇੰਗਲੈਂਡ, ਲੱਲੇ ਨੂੰ ਦਲਾਮਾ ਨਾਲ ਬਿੰਦੀ ਡੱਡਾ ਇੰਗਲੈਂਡ, ਭਾਰਤ ਦਾ ਕੱਚਾ ਮਾਲ ਇੰਗਲੈਂਡ ਜਾਣਾ ਸ਼ੁਰੂ ਹੋ ਗਿਆ ਸੀ। ਇਸ ਤਰ੍ਹਾਂ ਅਸੀਂ ਨੇ ਇਹੀ ਕੰਮ ਕੀਤਾ ਪੰਜਾਬੀ 'ਚ, ਅੱਗੇ ਕਰਾਂਗੇ ਅਸੀਂ ਅੰਗਰੇਜ਼ੀ 'ਚ। ਨਵੀਆਂ ਫੈਕਟਰੀਆਂ ਕਦੇ ਨਾਲ ਚੱਲਦੀਆਂ ਸੀ? ਕੋਲੇ ਨਾਲ। ਮਸ਼ੀਨਾਂ ਨਾਲ ਬਣੀਆਂ ਵਸਤਾਂ ਵਧੀਆ ਅਤੇ ਸਸਤੀਆਂ, ਵਧੀਆ ਲਿਖ ਲਓ ਚਾਹੇ ਚਾਹੇ ਸਸਤੀਆਂ ਲਿਖ ਲਓ। ਨਵੀਂ ਪੀੜ੍ਹੀ ਪੱਛਮੀ ਸੱਭਿਆਚਾਰ ਤੋਂ ਬਹੁਤ ਪ੍ਰਭਾਵ ਹੋਈ। ਪੂੰਜੀਵਾਦੀਆਂ ਨੇ ਮਜ਼ਦੂਰਾਂ ਦਾ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ। ਭਾਰਤ ਦਾ ਕੱਚਾ ਮਾਲ ਇੰਗਲੈਂਡ ਨੂੰ ਭੇਜਣਾ ਸ਼ੁਰੂ ਕੀਤਾ ਗਿਆ, ਕਿਉਂਕਿ 18ਵੀਂ ਸਦੀ ਦੇ ਵਿੱਚ ਇੰਗਲੈਂਡ ਵਿੱਚ ਉਦਯੋਗਿਕ ਕ੍ਰਾਂਤੀ ਆਈ ਸੀ, ਤਾਂ ਉੱਥੋਂ ਦੀਆਂ ਮਸ਼ੀਨਾਂ ਨੂੰ ਕੱਚੇ ਮਾਲ ਦੀ ਬਹੁਤ ਜ਼ਿਆਦਾ ਲੋੜ ਸੀ। ਦ ਇੰਡੀਅਨ ਕੌਫੀ ਸਫਰਡ ਏ ਲੋਟ ਡਿਊ ਟੂ ਕੰਪੀਟੀਸ਼ਨ ਵਿਦ ਵਿੱਚ ਕੰਟਰੀ ਕੌਫੀ? ਬ੍ਰਾਜ਼ੀਲ। ਵਿੱਚ ਫਾਈਬਰ ਵਾਜ ਯੂਜਡ ਬਾਈ ਦਾ ਵੀਵਰਸ ਆਫ ਇੰਡੀਆ ਫੋਰ ਮੇਕਿੰਗ ਕਲੋਥ ਇਨ ਦਾ ਬਿਗਨਿੰਗ? ਗਰਾਸ। ਪਹਿਲੇ ਦਾ ਬ੍ਰਾਜ਼ੀਲ, ਦੂਜੇ ਦਾ ਗਰਾਸ, ਘਾਹ ਦੇ ਰੇਸ਼ੇ ਵਰਤਣੇ ਸ਼ੁਰੂ ਕੀਤੇ ਸਨ। ਫਰੋਮ ਵਿੱਚ ਪਲੇਸ ਆਫ ਇੰਡੀਆ ਹੈਵ ਫਾਊਂਡ ਥਰੂ ਦ ਐਵੀਡੈਂਸਿਸ ਆਫ ਕਲੋਸਿਸ? ਮੋਹਨਜਦਾਰੋ ਐਂਡ ਹੜੱਪਾ, ਦੋਨਾਂ ਜਗ੍ਹਾ ਤੋਂ ਮਿਲੇ ਨੇ, ਮੋਹਨਜਦਾਰੋ ਅਤੇ ਹੜੱਪਾ। ਆਫਟਰ ਦਾ ਗਰੋਥ ਆਫ ਮਾਡਰਨ ਇੰਡਸਟਰੀ ਟੂ ਕਲਾਸਿਸ ਇਮਰਜਡ ਇਨ ਸੁਸਾਇਟੀ, ਕੈਨ ਯੂ ਟੈਲ ਦਾ ਨੇਮ ਆਫ ਡੈਟ ਕਲਾਸਿਸ? ਵਰਕਰਸ ਐਂਡ ਕੈਪਲਿਸਟ, ਮਜ਼ਦੂਰ ਅਤੇ ਪੂੰਜੀਵਾਦੀ, ਮਜ਼ਦੂਰ ਅਤੇ ਪੂੰਜੀਵਾਦੀ। ਸੁਰਿੰਦਰ ਫਾਦਰ ਰਨਸ ਦਾ ਟ੍ਰੇਨ, ਹੀ ਟੋਲਡ ਅਸ ਦੈਟ ਟ੍ਰੇਨ ਨੀਡ ਕੋਲ ਟੂ ਰਨ, ਕੋਲੇ ਦੀ ਲੋੜ ਹੈ। ਕੈਨ ਯੂ ਟੈਲ ਅਸ ਇਨ ਵਿੱਚ ਪਲੇਸ ਕੋਲ ਇਜ਼ ਫਾਊਂਡ? ਸਭ ਤੋਂ ਪਹਿਲਾਂ ਕਿੱਥੇ ਲੱਭਿਆ ਸੀਗਾ? ਰਾਣੀਗੰਜ, ਵੈਸਟ ਬੰਗਾਲ ਦੇ ਵਿੱਚ ਹੈ ਰਾਣੀਗੰਜ, ਇੱਥੋਂ ਲੱਭਿਆ ਸੀ ਸਭ ਤੋਂ ਪਹਿਲਾਂ ਕੋਲ ਭਾਰਤ ਵਿੱਚ ਰਾਣੀਗੰਜ। ਇਸ ਤੋਂ ਅੱਗੇ ਨਿਊ ਫੈਕਟਰੀਜ਼ ਰਨ ਵਿਦ, ਕਦੇ ਨਾਲ ਚੱਲਦੀ ਸੀ ਨਵੀਂ ਫੈਕਟਰੀਆਂ? ਕੋਲ, COAL, ਕੋਲ। ਜਾਂ ਥਿੰਗਸ ਮੈਨੂਫੈਕਚਰਡ ਬਾਈ ਮਸ਼ੀਨਸ ਵਰ, ਕੀ ਸੀਗੀਆਂ ਉਹ? ਚੀਪ, ਸਸਤੀਆਂ, CHEAP, ਚੀਪ, ਸਸਤੀਆਂ ਸਨ ਉਹ, ਸਸਤੀਆਂ, ਚੀਪ। ਨਿਊ ਜਨਰੇਸ਼ਨ ਵਾਸ ਇੰਪ੍ਰੈਸਡ ਵਿਦ, ਕਦੇ ਨਾਲ ਪ੍ਰਭਾਵਿਤ ਹੋਈ ਨਵੀਂ ਪੀੜ੍ਹੀ? ਵੈਸਟਰਨ, WESTERN, ਵੈਸਟਰਨ ਕਲਚਰ, CULTURE, ਵੈਸਟਰਨ ਕਲਚਰ ਨਾਲ ਇੰਪ੍ਰੈਸ ਹੋਈ ਸਾਡੀ ਨਵੀਂ ਪੀੜ੍ਹੀ, ਵੈਸਟਰਨ ਕਲਚਰ। ਕੈਪੀਟਲਿਸਟ ਸਟਾਰਟਡ ਟੂ ਐਕਸਪਲੋਇਟ ਦਾ, ਸ਼ੋਸ਼ਣ ਕਰਨਾ ਸ਼ੁਰੂ ਕੀਤਾ ਕਿਹਦਾ? ਵਰਕਰਸ, WORKERS, ਵਰਕਰਸ, WORKERS, ਵਰਕਰਸ। ਪਹਿਲੀ 'ਚ ਕੋਲ ਆਵੇਗਾ,
दूजी च चीफ CHEAP चीफ, तीजी च थर्ड च वैस्टर्न कल्चर, चौथी च वर्कर्स WORKERS वर्कर्स WORKERS वर्कर्स। पांचवी इंडियन रॉ मटीरियल्स मूविंग टू कितने जाना शुरू हो गया सीगा इंग्लैंड ENGLAND इंग्लैंड ENGLAND इंग्लैंड। इस तरह असी अज वाली स्लाइड का काम अंग्रेजी और पंजाबी मीडियम च कीता। वीडियो वध तो वध विद्यार्थियों शेयर करो ताकि वो अपना अपना काम कर सकन। धन्यवाद।